ਹਾਂਜੀ ਦੋਸਤੋ ਵੈਲਕਮ ਸਵਾਗਤ ਹੈ ਤੁਹਾਡਾ ਸਟੱਡੀ ਸ਼ਿਪ YouTube ਚੈਨਲ ਦੇ ਉੱਪਰ ਅੱਜ ਇਹ ਵੀਡੀਓ ETT D.El.Ed ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਦੇ ਸਿਖਿਆਰਥੀਆਂ ਦੇ ਲਈ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਹੈ ਜਿਨ੍ਹਾਂ ਦੀਆਂ ਸਲਾਨਾ ਪ੍ਰੀਖਿਆਵਾਂ ਦਾ ਸ਼ਡਿਊਲ ਹੈ ਜਿਹੜਾ ਡੇਟ ਸ਼ੀਟ ਜਾਰੀ ਹੋ ਚੁੱਕੀ ਹੈ ਉਹਨਾਂ ਦੀ ਪ੍ਰੀਖਿਆਵਾਂ ਦੀ ਕਦੋਂ ਕਿਹੜਾ ਪੇਪਰ ਆਉਣਾ ਹੈ ਇਹਦੀ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ ਕਿਉਂ ਤੁਹਾਨੂੰ ਇਹ ਵੀਡੀਓ ਪੂਰੀ ਦੇਖਣੀ ਚਾਹੀਦੀ ਹੈ ਜੇ ਤੁਸੀਂ ETT ਕਰ ਰਹੇ ਹੋ ਜਾਂ ETT ਕਰ ਚੁੱਕੇ ਹੋ ਇਸ ਵੀ ਪੇਪਰ ਦੇ ਵਿੱਚ ਕਿਸੇ ਵੀ ਸੈਸ਼ਨ ਦੇ ਪੇਪਰ ਦੇ ਵਿੱਚ ਤੁਹਾਡੀ ਰੀਅਪੀਅਰ ਹੈ ਜਾਂ ਰੈਗੂਲਰ ਕਿਸੇ ਬੈਚ ਦੇ ਵਿੱਚ ਤੁਸੀਂ ਈਟੀਟੀ ਕਰ ਰਹੇ ਹੋ ਤਾਂ ਤੁਹਾਨੂੰ ਇਹ ਵੀਡੀਓ ਜ਼ਰੂਰ ਦੇਖਣੀ ਤੇ ਚਾਹੀਦੀ ਹੈ ਤਾਂ ਕਿ ਤੁਹਾਨੂੰ ਇਸ ਵੀਡੀਓ ਤੋਂ ਦੇਖਣ ਤੋਂ ਤੁਹਾਡੀ ਡੇਟ ਸ਼ੀਟ ਬਾਰੇ ਪਤਾ ਚੱਲ ਸਕੇ ਪੂਰੇ ਪੇਪਰਾਂ ਦਾ ਸ਼ਡਿਊਲ ਕੀ ਹੈ ਕਿਹੜਾ ਪੇਪਰ ਕਿਹੜੀ ਡੇਟ ਨੂੰ ਹੋਣਾ ਹੈ ਔਰ ਕਿਸ ਸਮੇਂ ਤੇ ਹੋਣਾ ਹੈ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ ਸੋ ਬਿਨਾਂ ਸਕਿਪ ਕੀਤੇ ਤੁਸੀਂ ਵੀਡੀਓ ਨੂੰ ਪੂਰਾ ਦੇਖਣਾ ਔਰ ਪੂਰੀ ਜਾਣਕਾਰੀ ਇਸ ਵੀਡੀਓ ਤੋਂ ਲੈਣੀ ਸਟੇ ਕਨੈਕਟਿਡ ਸਟੇ ਅਪਡੇਟਡ ਇਸ ਚੈਨਲ ਦੇ ਨਾਲ ਜੁੜੇ ਰਹੋ ਔਰ ਅਪਡੇਟ ਰਹੋ ਡੀਐਲਐਡ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਦੀਆਂ ਪ੍ਰੀਖਿਆਵਾਂ ਲਈ ਡੇਟ ਸ਼ੀਟ ਹੈ ਜੀ ਐਸਸੀਆਰਟੀ ਦੇ ਵੱਲੋਂ ਫਿਲਹਾਲ ਥੋੜੇ ਦਿਨ ਪਹਿਲਾਂ ਜਾਰੀ ਕੀਤੀ ਗਈ ਹੈ ਸੋ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਇਹਦੇ ਪੂਰੇ ਪੇਪਰਾਂ ਦਾ ਵੇਰਵਾ ਤੁਹਾਨੂੰ ਇੱਕ ਇੱਕ ਕਰਕੇ ਦੱਸਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸੈਸ਼ਨ ਕਿਹੜੇ ਲਈ ਪੇਪਰ ਹੋਣੇ ਆ ਔਰ ਕਿਹੜੇ ਸਾਲ ਦਾ ਜਿਹੜਾ ਉਹਦਾ ਪੇਪਰ ਹੈ ਬੱਚਿਆਂ ਦਾ ਔਰ ਕਿਹੜਾ ਮੌਕਾ ਹੈ ਉਹਨਾਂ ਦਾ ਪਹਿਲਾ ਮੌਕਾ ਹੈ ਜਾਂ ਦੂਜਾ ਮੌਕਾ ਹੈ ਅੰਤ ਮੌਕਾ ਹੈ ਸੋ ਆਪਾਂ ਪੂਰੀ ਇਹ ਬੈਚ ਵਾਈਜ਼ ਤੁਹਾਨੂੰ ਦੱਸਦੇ ਆ ਇਸ ਦੇ ਵਿੱਚ ਤੁਹਾਨੂੰ ਸਕਰੀਨਸ਼ਾਟ ਵੀ ਲੈ ਸਕਦੇ ਆ 2021-22 ਸਾਲ ਪਹਿਲਾ ਦੇ ਰੈਗੂਲਰ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਹੋ ਰਹੀਆਂ ਨੇ 2020 ਤੋਂ 22 ਸੈਸ਼ਨ ਦੇ ਰੀਅਪੀਅਰ ਸਾਲ ਪਹਿਲਾ ਦੇ ਪਹਿਲਾ ਮੌਕਾ ਜਿਹੜਾ ਮਿਲ ਰਿਹਾ ਉਹਨਾਂ ਨੂੰ ਵਿਦਿਆਰਥੀਆਂ ਨੂੰ ਉਹਦੀਆਂ ਪ੍ਰੀਖਿਆਵਾਂ ਹੋਣਗੀਆਂ 2019 ਤੋਂ 21 ਰੀਅਪੀਅਰ ਸਾਲ ਪਹਿਲਾ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ ਦੂਸਰਾ ਮੌਕਾ ਹੈ ਜਿਹੜਾ ਅੰਤਿਮ ਮੌਕਾ ਹੈ ਉਹਦਾ ਪੇਪਰ ਜਿਹੜਾ ਹੈ ਉਹਨਾਂ ਦੇ ਸ਼ਡਿਊਲ ਇੱਥੇ ਦੱਸਾਂਗੇ ਤੁਹਾਨੂੰ 2020-22 ਸਾਲ ਦੂਜਾ ਰੈਗੂਲਰ ਬੈਚ ਦੇ ਵਿਦਿਆਰਥੀ ਆ ਜਿਹੜੇ ਉਹਨਾਂ ਦਾ ਜਿਹੜਾ ਸ਼ਡਿਊਲ ਹੈ ਉਹ ਤੁਹਾਨੂੰ ਜਾਣਕਾਰੀ ਦੇਵਾਂਗੇ 2019-21 ਰੀਅਪੀਅਰ ਸਾਲ ਦੂਜਾ ਪਹਿਲਾ ਮੌਕਾ ਇਸ ਵਿਦਿਆਰਥੀਆਂ ਦੀ ਜਿਹੜੀ ਡੇਟ ਸ਼ੀਟ ਆ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ 2018-20 ਰੀਅਪੀਅਰ ਸਾਲ ਦੂਜਾ ਅੰਤਮ ਮੌਕਾ ਇਸ ਬੈਚ ਦੇ ਸਾਲ ਦੂਜੇ ਦੇ ਅੰਤਿਮ ਮੌਕੇ ਦੇ ਵਿਦਿਆਰਥੀਆਂ ਦੀ ਡੇਟਸ਼ੀਟ ਸੋ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ ਬਿਨਾਂ ਕਿਸੇ ਦੇਰੀ ਤੋਂ ਤੁਹਾਨੂੰ ਦੱਸ ਦਿਆਂ ਸਾਲ ਪਹਿਲਾ ਦੀ ਡੇਟਸ਼ੀਟ ਪਹਿਲੇ ਸਾਲ ਦੇ ਜਿਹੜੇ ਸਿਖਿਆਰਥੀ ਨੇ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਦੇ ਉਹਨਾਂ ਦੇ ਪੇਪਰਾਂ ਦੀ ਜਿਹੜੀ ਡੇਟਸ਼ੀਟ ਆ ਉਹ ਤੁਹਾਨੂੰ ਇੱਕ ਇੱਕ ਪੇਪਰ ਦੱਸਾਂਗੇ ਕਿਹੜੀ ਡੇਟ ਨੂੰ ਹੋਣਾ ਹੈ ਕਿਹੜੇ ਸਮੇਂ ਤੇ ਹੋਣਾ ਹੈ ਸਭ ਤੋਂ ਪਹਿਲਾਂ ਲੜੀ ਨੰਬਰ 1 ਦੇ ਉੱਪਰ 8 ਮਈ 2023 ਨੂੰ ਪੇਪਰ ਜਿਹੜਾ ਹੈ ਪੈਡਾਗੋਜੀ ਆਫ ਮੈਥਮੈਟਿਕਸ ਇਹਦਾ ਪੇਪਰ ਕੋਡ ਹੈ 107 ਇਸ ਦਾ ਸਮਾਂ ਹੈ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ 3 ਘੰਟੇ ਦਾ ਪੇਪਰ ਹੋਏਗਾ ਉਸ ਤੋਂ ਅਗਲਾ ਪੇਪਰ ਦੂਸਰਾ ਹੈ 10 ਮਈ 2023 ਨੂੰ 10 ਮਈ 2023 ਨੂੰ ਚਾਈਲਡਹੂਡ ਐਂਡ ਡਿਵੈਲਪਮੈਂਟ ਆਫ ਚਿਲड्रन ਪੇਪਰ ਕੋਡ ਹੈ 101 10 ਵਜੇ ਤੋਂ 12:30 ਵਜੇ ਤੱਕ ਪੇਪਰ ਹੋਏਗਾ ਇਸ ਤੋਂ ਅਗਲਾ ਪੇਪਰ ਜਿਹੜਾ ਹੈ ਤੀਸਰਾ 12 ਮਈ 2023 ਨੂੰ ਕੰਟੈਂਪੋਰੀ ਇੰਡੀਅਨ ਸੋਸਾਇਟੀ ਪੇਪਰ ਕੋਡ ਹੈ 102 10 ਵਜੇ ਤੋਂ 1 ਵਜੇ ਤੱਕ ਪੇਪਰ ਹੋਏਗਾ ਅਗਲਾ ਪੇਪਰ ਚੌਥਾ ਹੈ 16 ਮਈ 2023 ਪੈਡਾਗੋਜੀ ਐਂਡ ਆਈਸੀਟੀ ਅਕ੍ਰੋਸ ਦਾ ਕਰਿਕੂਲਮ 104 ਪੇਪਰ ਕੋਡ ਹੈ 10 ਤੋਂ 12 ਵਜੇ ਤੱਕ ਦੁਪਹਿਰ ਇਹ ਪੇਪਰ ਹੋਏਗਾ ਪੰਜਵਾਂ ਪੇਪਰ ਜਿਹੜਾ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ ਹੈ ਈਟੀਟੀ ਦੇ 1852023 এডুকেশন সোসাইਟੀ 커리큘럼 এন্ড लर्नर्स 103 ਇਹਦਾ ਪੇਪਰ ਕੋਡ ਹੈ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਇਹ ਪੇਪਰ ਹੋਏਗਾ ਸਕਰੀਨਸ਼ਾਟ ਲੈ ਸਕਦੇ ਹਾਂ ਚਲਦੀ ਵੀਡੀਓ ਦੇ ਵਿੱਚ ਨੇੜੇੋਂ ਦੇਖਣ ਲਈ ਤੁਸੀਂ ਸਕਰੀਨ ਤੋਂ ਜ਼ੂਮ ਆਊਟ ਜ਼ੂਮ ਇਨ ਕਰ ਸਕਦੇ ਹੋ YouTube ਦਾ ਫੀਚਰ ਹੈ ਸੋ ਅਗਲਾ ਪੇਪਰ ਤੁਹਾਨੂੰ ਦੱਸ ਦਿਆ ਛੇਮਾ ਪੇਪਰ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ 2252023 ਨੂੰ ਹੋਣਾ ਹੈ 2252023 ਨੂੰ ਪੈਡਾਗੋਜੀ ਆਫ एनवायरमेंट ਸਾਇੰਸ 105 10 ਵਜੇ ਤੋਂ 1 ਵਜੇ ਤੱਕ ਹੋਣਾ ਹੈ ਸਤਵਾਂ ਪੇਪਰ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ 25 5 2023 ਲਰਨਿੰਗ ਮਦਰ ਟੰਗ ਐਂਡ ਅਦਰ ਲੈਂਗੁਏਜਸ ਇਨ ਐਂਡ ਆਊਟਸਾਈਡ ਦਾ ਸਕੂਲ 106 ਪੇਪਰ ਕੋਡ ਹੈ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਣਾ ਹੈ ਅਗਲਾ ਪੇਪਰ ਅੱਠਵਾਂ 29 5 2023 ਨੂੰ ਚਿਲਡਰਨਸ ਫਿਜ਼ੀਕਲ ਐਂਡ ਇਮੋਸ਼ਨਲ ਹੈਲਥ ਯੋਗਾ ਐਂਡ ਐਜੂਕੇਸ਼ਨ 109 ਪੇਪਰ ਕੋਡ ਹੈ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਣਾ ਹੈ 9ਵਾਂ ਤੇ ਲਾਸਟ ਪੇਪਰ ਹੈ ਜਿਹੜਾ ਪਹਿਲੇ ਸਾਲ ਦੇ ਐਡੀਟੀਟੀ ਦੇ ਵਿਦਿਆਰਥੀਆਂ ਦਾ 31/5/2023 ਨੂੰ ਹੁਣ ਹੈ ਪ੍ਰੋਫੀਸ਼ੀਐਂਸੀ ਇਨ ਇੰਗਲਿਸ਼ 108 ਪੇਪਰ ਕੋਡ ਹੈ ਸਬਜੈਕਟ ਕੋਡ ਹੈ ਇਹਦਾ ਪੇਪਰ 10 ਵਜੇ ਤੋਂ 12 ਵਜੇ ਤੱਕ ਹੋਣਾ ਹੈ ਸੋ ਇਹ ਹੈ ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਪੇਪਰਾਂ ਦੀ ਡੇਟਸ਼ੀਟ ਇਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੂਸਰੇ ਸਾਲ ਦੇ ਵਿਦਿਆਰਥੀਆਂ ਦੀ ਪਹਿਲੇ ਸਾਲ ਦੇ ਵਿੱਚ ਜਿਹੜੇ ਪਹਿਲੇ ਜਾਂ ਦੂਜੇ ਮੌਕੇ ਦੇ ਵਿਦਿਆਰਥੀ ਨੇ ਉਹ ਇਹਨਾਂ ਪੇਪਰਾਂ ਦੀ ਡੇਟ ਸ਼ੀਟ ਦੇ ਮੁਤਾਬਕ ਹੀ ਅਪੀਅਰ ਹੋਣਗੇ ਰੀ ਅਪੀਅਰ ਦੇ ਪੇਪਰਾਂ ਦੇ ਵਿੱਚ ਰੈਗੂਲਰ ਦੇ ਨਾਲ ਹੀ ਅਪੀਅਰ ਹੋਣਗੇ ਦੂਸਰੇ ਸਾਲ ਦੇ ਪੇਪਰਾਂ ਦੀ ਗੱਲ ਕਰੀਏ ਤਾਂ 9 5 2023 ਤੋਂ ਸ਼ੁਰੂ ਹੋਣ ਜਾ ਰਿਹਾ ਹੈ 9 5 23 ਨੂੰ ਪਹਿਲਾ ਪੇਪਰ ਦੂਸਰੇ ਸਾਲ ਦੇ ਵਿਦਿਆਰਥੀਆਂ ਦਾ ਕਾਗਨੀਸ਼ਨ ਲਰਨਿੰਗ ਐਂਡ ਦਾ ਸੋਸ਼ੀਓ ਕਲਚਰਲ ਕੰਟੈਕਸਟ 2 201 ਦਾ ਪੇਪਰ ਕੋਡ ਹੈ 10 ਵਜੇ ਤੋਂ 12 ਵਜੇ ਤੱਕ ਹੋਣਾ ਹੈ ਸੈਕੰਡ ਪੇਪਰ ਦੂਸਰੇ ਸਾਲ ਦੇ ਵਿਦਿਆਰਥੀਆਂ ਦਾ 11 ਮਈ 2023 ਨੂੰ ਸਕੂਲ ਕਲਚਰ ਲੀਡਰਸ਼ਿਪ ਐਂਡ ਚੇਂਜਸ 202 ਪੇਪਰ ਕੋਡ ਹੈ 10 ਵਜੇ ਤੋਂ 12 ਵਜੇ ਤੱਕ ਹੋਏਗਾ 15 5 2023 ਨੂੰ ਪੈਡਾਗੋਜੀ ਆਫ ਸੋਸ਼ਲ ਸਾਇੰਸ ਐਜੂਕੇਸ਼ਨ 203 10 ਵਜੇ ਤੋਂ 1 ਵਜੇ ਤੱਕ ਹੋਏਗਾ ਚੌਥਾ ਪੇਪਰ 17 ਮਈ 2023 ਨੂੰ ਪੈਡਾਗੋਜੀ ਆਫ ਪੰਜਾਬੀ ਲੈਂਗੁਏਜ 206 ਪੇਪਰ ਕੋਡ ਹੈ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਏਗਾ ਪੰਜਵਾਂ ਪੇਪਰ ਦੂਸਰੇ ਸਾਲ ਦੇ ਵਿਦਿਆਰਥੀਆਂ ਦਾ 19 5 2023 ਨੂੰ ਪੈਡਾਗੋਜੀ ਆਫ ਸਾਇੰਸ ਐਜੂਕੇਸ਼ਨ 205 ਪੇਪਰ ਕੋਡ ਹੈ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਏਗਾ ਸ਼ੇਮਾ ਪੇਪਰ 24 5 2023 ਨੂੰ ਪੈਡਾਗੋਜੀ ਆਫ ਇੰਗਲਿਸ਼ ਲੈਂਗੁਏਜ 204 ਪੇਪਰ ਕੋਡ 10 ਵਜੇ ਤੋਂ 1 ਵਜੇ ਤੱਕ ਹੋਏਗਾ 26 5 2023 ਨੂੰ ਸੱਤਵਾਂ ਪੇਪਰ ਹੋਏਗਾ ਪੈਡਾਗੋਜੀ ਆਫ ਹਿੰਦੀ 207 ਪੇਪਰ ਕੋਡ 10 ਵਜੇ ਤੋਂ 12 ਵਜੇ ਤੱਕ ਨੈਕਸਟ ਪੇਪਰ ਅੱਠਵਾਂ ਹੈ 30 5 2023 ਨੂੰ ਡਾਈਵਰਸਿਟੀ ਜੈਂਡਰ ਐਂਡ ਇਨਕਲੂਸਿਵ ਐਜੂਕੇਸ਼ਨ 208 10 ਵਜੇ ਤੋਂ 12 ਵਜੇ ਤੱਕ ਨੌਵਾਂ ਤੇ ਲਾਸਟ ਪੇਪਰ ਜਿਹੜਾ ਹੈ ਦੂਸਰੇ ਸਾਲ ਦੇ ਵਿਦਿਆਰਥੀਆਂ ਦਾ 1 ਜੂਨ 2023 ਨੂੰ ਚਿਲਡਰਨਸ ਫਿਜ਼ੀਕਲ ਐਂਡ ਇਮੋਸ਼ਨਲ ਹੈਲਥ ਯੋਗਾ ਐਂਡ এডੂਕੇਸ਼ਨ ਪਾਰਟ 2 209 ਪੇਪਰ ਕੋਡ ਹੈ 10 ਵਜੇ ਤੋਂ 12 ਵਜੇ ਤੱਕ ਕਰਵਾਇਆ ਜਾਏਗਾ ਸੋ ਇਹ ਹੈ ਦੂਸਰੇ ਸਾਲ ਦੇ ਵਿਦਿਆਰਥੀਆਂ ਦੀ ਪੂਰੀ ਡੇਟਸ਼ੀਟ ਜਿਹੜੇ ਵਿਦਿਆਰਥੀ ਰੀਅਪੀਅਰ ਵਾਲੇ ਨੇ ਕਿਸੇ ਵੀ ਬੈਚ ਤੇ ਉਹ ਦੂਸਰੇ ਸਾਲ ਦੇ ਰੀਅਪੀਅਰ ਵਾਲੇ ਬੱਚੇ ਇਹਨਾਂ ਦੋ ਦੂਸਰੇ ਸਾਲ ਦੇ ਰੈਗੂਲਰ ਬੱਚਿਆਂ ਦੇ ਨਾਲ ਹੀ ਪੇਪਰ ਜਿਹੜਾ ਹੈ ਅਪੀਅਰ ਹੋਣਗੇ ਇਹਦੇ ਨਾਲ ਹੀ ਸਾਰੇ ਈਟੀਟੀ ਡਿਪਲੋਮਾ ਇਨ ਐਲੀਮੈਂਟਰੀ এডੂਕੇਸ਼ਨ ਦੇ ਸਿੱਖਿਆਰਥੀਆਂ ਦੇ ਲਈ ਸ਼ੁਭ ਦੁਆਵਾਂ ਸ਼ੁਭ ਕਾਮਨਾਵਾਂ ਗੁੱਡ ਲੱਕ ਮੇਰੇ ਵੱਲੋਂ ਵੈਸਟ ਆਫ ਲੱਕ ਔਰ ਇਸ ਰੈਫਰੈਂਸ ਦੇ ਨਾਲ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਜੇਕਰ ਤੁਹਾਨੂੰ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਵਧੀਆ ਲੱਗੀ ਤਾਂ ਤੁਸੀਂ ਲਾਈਕ ਦਾ ਬਟਨ ਕਲਿੱਕ ਕਰਕੇ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਸਾਥੀਆਂ ਦੇ ਨਾਲ ਔਰ ਹਰ ਤਰ੍ਹਾਂ ਦੇ ਤਾਜ਼ਾ ਔਰ ਨਵੀਂ ਜਾਣਕਾਰੀ ਲੈਣ ਦੇ ਲਈ ਜੌਬਸ ਔਰ ਸਟੱਡੀ ਰਿਲੇਟਡ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੋਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਗੁੱਡ ਲੱਕ